ਟੀ ਸ਼ਰਟ ਲੈਣ ਜਾ ਰਿਹਾ ਸੀ ਜਵਾਕ, ਰਸਤੇ ਚ ਕੁੱਟਮਾਰ ਕਰਕੇ ਖੋ ਲਏ ਪੈਸੇ, ਨਾਲੇ ਕੱਟ ਦਿੱਤੇ ਇਸ ਮੁੰਡੇ ਦੇ ਕੇਸ। ਤਾਂ ਦੱਸ ਦਈਏ ਕਿ 15 ਸਾਲ ਦਾ ਮੁੰਡਾ ਜਿਸ ਨੂੰ ਕਿ ਨਸ਼ੇੜੀਆਂ ਦੇ ਵੱਲੋਂ ਘੇਰਿਆ ਗਿਆ ਤੇ ਫਿਰ ਉਸਦੇ ਪੈਸੇ ਖੋਲੇ ਗਏ, ਤਾਂ ਕੁੱਟਮਾਰ ਕਰਕੇ ਉਹਨਾਂ ਦੇ ਵੱਲੋਂ ਇਸਦੇ ਸਿਰ ਦੇ ਕੇਸ ਵੀ ਕੱਟ ਦਿੱਤੇ ਗਏ। ਤਾਂ ਦੱਸ ਦਈਏ ਕਿ ਮਾਮਲਾ ਬਰਨਾਲਾ ਦੇ ਰੇਲਵੇ ਸਟੇਸ਼ਨ ਦੇ ਸੇਖਾ ਫਾਟਕ ਨਜ਼ਦੀਕ ਹੋਇਆ, ਜਿੱਥੇ ਬੱਚੇ ਨੂੰ ਹੁਣ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਪੁਲਿਸ ਵੀ ਮਾਮਲੇ ਦੀ ਜਾਂਚ ਦੇ ਵਿੱਚ ਜੁਟ ਗਈ ਹੈ। ਤਾਂ ਇਸ ਸੰਬੰਧੀ ਪੀੜਿਤ ਬੱਚੇ ਅਤੇ ਉਹਨਾਂ ਦੇ ਮਾਤਾ ਪਿਤਾ ਨੇ ਦੱਸਿਆ ਕਿ ਉਹਨਾਂ ਦਾ ਮੁੰਡਾ ਬਾਜ਼ਾਰ ਦੇ ਵਿੱਚ ਟੀ ਸ਼ਰਟ ਲੈਣ ਗਿਆ ਸੀ, ਤਾਂ ਜਦੋਂ ਉਹ ਟੀ ਸ਼ਰਟ ਲੈ ਕੇ ਵਾਪਸ ਘਰ ਆਉਂਦਾ ਹੈ ਤਾਂ ਰੇਲਵੇ ਸਟੇਸ਼ਨ ਦੇ ਨਜ਼ਦੀਕ 4-5 ਨਸ਼ੇੜੀ ਕਿਸਮ ਦੇ ਨੌਜਵਾਨਾਂ ਦੇ ਵੱਲੋਂ ਉਸ ਨੂੰ ਘੇਰ ਲਿਆ ਗਿਆ ਤੇ ਉਸਦੇ ਕੋਲ ਮੌਜੂਦ 4500 ਰੁਪਇਆ ਖੋਲਿਆ ਗਿਆ, ਜਿਸ ਤੋਂ ਬਾਅਦ ਬੱਚੇ ਦੀ ਕੁੱਟਮਾਰ ਕੀਤੀ ਗਈ, ਕੇਸ ਵੀ ਕੱਟ ਦਿੱਤੇ ਗਏ। ਤਾਂ ਉਹਨਾਂ ਮੰਗ ਕੀਤੀ ਕਿ ਬੱਚੇ ਦੇ ਨਾਲ ਕੁੱਟਮਾਰ ਕਰਨ ਵਾਲੇ ਇਹਨਾਂ ਮੁਲਜ਼ਮਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ। ਤਾਂ ਇਸ ਸੰਬੰਧ ਵਿੱਚ ਪੁਲਿਸ ਅਧਿਕਾਰੀ ਨੇ ਵੀ ਦੱਸਿਆ ਕਿ ਉਹਨਾਂ ਦੇ ਕੋਲ ਬੱਚੇ ਨੂੰ ਕੁੱਟਮਾਰ ਦਾ ਇੱਕ ਮਾਮਲਾ ਸਾਹਮਣੇ ਆਇਆ ਤੇ ਉਹਨਾਂ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਸ਼ਾਮ ਨੂੰ ਬਾਜ਼ਾਰ 'ਚ ਮੈਂ ਆਪਣੀ ਮੰਮੀ ਤੋਂ ਪੈਸੇ ਲੈ ਕੇ ਉਹ ਲੈਣ ਸ਼ਰਟ ਲੈਣ ਗਿਆ ਸੀ ਆਪਦੇ ਵੱਡੇ ਭਰਾ ਕੋਲੇ। ਮੈਂ ਆਪਦੇ ਵੱਡੇ ਭਰਾ ਕੋਲ ਸ਼ਰਟ ਲੈ ਕੇ ਜਦੋਂ ਘਰੇ ਜਾਣ ਲੱਗਿਆ, ਜਿਹੜੇ ਸੇਖੇ ਫਾਟਕ ਆ ਬਰਨਾਲੇ ਦੇ, ਉੱਥੋਂ ਟ੍ਰੇਨ ਆਈ ਜਾਂਦੀ ਸੀ, ਮੈਂ ਉੱਥੋਂ ਸਿੱਧਾ ਸਿੱਧਾ ਆਈ ਗਿਆ ਇੱਧਰ। ਟ੍ਰੇਨ ਦੇ ਨਾਲ ਨਾਲ ਤੁਰਿਆ ਆ ਅਤੇ ਉੱਥੇ 4-5 ਮੁੰਡੇ ਬੈਠੇ ਸੀ, ਉਹ ਪਤਾ ਨਹੀਂ ਨੀਚੇ ਸਿਰ ਦੇ ਪੇਪਰ ਰੱਖ ਕੇ ਪਤਾ ਨਹੀਂ ਕੀ ਕਰੀ ਜਾਂਦੇ ਸੀ, ਆ ਗੁੱਗੜੀ ਲਾਈ ਜਾਂਦੇ ਸੀ, ਸੁੱਗੀ ਜਾਂਦੇ ਸੀ, ਅਤੇ ਮੈਨੂੰ ਕਹਿੰਦੇ ਉਰੇ ਆ। ਮੈਂ ਵੱਗ ਗਿਆ ਉਹਨਾਂ ਕੋਲ ਜਦੋਂ, ਅਤੇ ਉਹ ਕਹਿੰਦੇ ਤੀ ਕੀ ਕਿੱਥੇ ਕਿੱਥੇ ਕਿੱਥੋਂ ਆਏਗਾ। ਮੈਂ ਕਿਹਾ ਵੀ ਟੀ ਸ਼ਰਟ ਲੈ ਕੇ ਆਇਆਂਗਾ। ਉਹ ਕਹਿੰਦੇ ਦਿਖਾਈ ਸੋਹਣੀ ਆਗੀ। ਮੈਂ ਉਹਨਾਂ ਨੂੰ ਦਿਖਾ ਤੀ ਉਹਨਾਂ ਨੇ ਟੀ ਸ਼ਰਟ, ਪਰਾਂ ਮਾਰੀ ਚਲਾ ਕੇ ਅਤੇ ਮੈਨੂੰ ਫੜ ਲਿਆ। ਮੇਰੀਆਂ ਜੇਬਾਂ ਜੁੱਬਾਂ ਚੱਕ ਕਰਨ ਲੱਗ ਗਏ, ਮੇਰੇ ਜੇਬ 'ਚੋਂ ਪੈਸੇ ਪੂਸੇ ਕੱਢ ਲਏ ਉਹਨਾਂ ਨੇ, ਮੇਰੇ ਕੋਲ 300-400 ਰੁਪਇਆ ਸੀਗਾ ਮੇਰੀ ਜੇਬ 'ਚੋਂ ਕੱਢ ਲਿਆ ਅਤੇ ਮੈਨੂੰ ਕੁੱਟਿਆ ਬਾਅਦ 'ਚੋਂ ਫੜ ਕੇ। ਮੇਰੇ ਹੱਥ 'ਚ ਪਤਾ ਨਹੀਂ ਕੀ ਆਇਆ, ਮੈਂ ਚੱਕ ਕੇ ਉਹਨਾਂ ਨੇ ਮਾਰਿਆ, ਠੀਕ ਆ। ਅਤੇ ਉਹਨਾਂ ਨੇ ਬਾਅਦ 'ਚੋਂ ਮੇਰੇ ਪਤਾ ਨਹੀਂ ਗੰਡਾਸਾ ਗੰਡੂਸਾ ਕੀ ਮਾਰਿਆ ਸਿਰ 'ਚ, ਉਹਨਾਂ ਕੋਲ ਕਰਚਾ ਸੀਗੀਆਂ ਅਤੇ ਉਹਨਾਂ ਨੇ ਮਾਰਿਆ ਅਤੇ ਮੇਰੇ ਵਾਲ ਪਤਾ ਨਹੀਂ ਉਹਨਾਂ ਨੇ ਕਿਵੇਂ ਵੱਢ ਤੇ। ਅਤੇ ਇਹ ਘਟਨਾ ਹੋਈ ਹੈ ਇੱਥੇ ਸਿੱਖ ਫਾਟਕਾਂ ਕੋਲੇ ਜੀ। ਮੇਰਾ ਨਾਮ ਅਮਨਦੀਪ ਕੌਰ ਆ ਜੀ। ਇਹ ਮੇਰਾ ਬੇਟਾ 13 ਸਾਲ ਦਾ ਗਾ ਜੀ। ਬਾਜ਼ਾਰ 'ਚ ਇਹ ਕੱਪੜੇ ਮਤਲਬ ਘਰੋਂ ਮੇਰੇ ਤੋਂ ਪੈਸੇ ਲੈ ਕੇ ਇਹ ਬਾਜ਼ਾਰ 'ਚ ਆਪਣੇ ਵੱਡੇ ਭਰਾ ਤੋਂ ਕੱਪੜੇ ਲੈਣ ਗਿਆ ਸੀਗਾ ਜੀ। ਕੱਪੜੇ ਲੈ ਕੇ ਉੱਥੋਂ ਵਾਪਸ ਆ ਰਿਹਾ ਸੀਗਾ। ਜਦੋਂ ਜੀ ਵਾਪਸ ਆ ਰਿਹਾ ਸੀਗਾ, ਉਧਰੋਂ ਸੇਖੇ ਫਾਟਕ ਤੋਂ ਟ੍ਰੇਨ ਜਾ ਰਹੀ ਸੀ। ਇਹ ਟ੍ਰੇਨ ਤੋਂ ਸੇਖੇ ਫਾਟਕ ਤੋਂ ਰੇਲਵੇ ਸਟੇਸ਼ਨ ਕੰਨੀ ਨੂੰ ਆ ਰਿਹਾ ਸੀ ਤਾਂ ਉੱਥੇ 4-5 ਬੰਦੇ ਸੀਗੇ ਬੈਠੇ, ਕੋਈ ਨਸ਼ੇੜੀ ਹੋਣਗੇ ਜਾਂ ਸਾਨੂੰ ਨਹੀਂ ਪਤਾ ਜੀ, ਨਸ਼ੇੜੀ ਹੋਣਗੇ ਜਿਹੜਾ ਕੋਈ ਕੁਛ ਕਰ ਰਹੇ ਸੀ ਉੱਥੇ ਲੈਟਰ ਦੇ ਨਾਲ। ਉੱਥੋਂ ਬੱਚੇ ਨਾਲ ਮੇਰੇ ਨਾਲ ਕੁੱਟਮਾਰ ਹੋਈ ਜੀ। ਕੁੱਟਮਾਰ ਹੋ ਕੇ ਇਹਦੇ ਨਾਲ ਤਾਂ ਕੱਪੜੇ ਪਾੜਤੇ ਜੀ, ਆਹ ਵਾਲੇ ਆਹਦੇ ਕੱਪੜੇ ਫਟੇ ਹੋਏ। ਅਤੇ ਜੀ ਜਦੋਂ ਕੁੱਟਮਾਰ ਕੀਤੀ ਇਹਦੇ ਨਾਲ, ਇਹਨੂੰ ਕੁੱਟਮਾਰ ਕਰਕੇ ਇਹ ਤੋਂ ਪੈਸੇ ਖੋਲ੍ਹੇ, ਜਿੰਨੇ ਵੀ ਇਹਦੀ ਜੇਬ 'ਚ ਸੀਗਾ 500-700 ਰੁਪਇਆ, ਪੈਸੇ ਖੋਹ ਕੇ 400-500 ਰੁਪਇਆ ਸੀਗਾ ਜੀ। ਕੁੱਟ ਕੱਟ ਕੇ ਜੀ ਉਹ ਭੱਜ ਗਏ ਨੇ। ਜਦੋਂ ਇਹਨੂੰ ਕੁੱਟਿਆ ਇਹਨੇ ਵੀ ਚੱਕ ਕੇ ਰੋੜਾ ਮਾਰਿਆ ਜੀ, ਜਾਂ ਕੇਸ ਕੱਟ ਕੇ ਜੀ ਨਾਲੇ ਇਹਦੇ। ਇਹਨੂੰ ਬੱਚੇ ਨੇ ਮੈਨੂੰ ਘਰੇ ਜਾ ਕੇ ਦੱਸਿਆ, ਜਦੋਂ ਕੁੱਟ ਕੱਟ ਕੇ ਜਦੋਂ ਚਲਿਆ ਗਿਆ ਘਰੇ ਦੱਸਿਆ, ਸਾਨੂੰ ਦੇਖਿਆ ਸੀ ਕੇਸ ਦੇਖੇ ਜੀ। ਅਸੀਂ ਉੱਥੋਂ ਆ ਕੇ ਇਹਦੇ ਪਾਪਾ ਨੂੰ ਬੁਲਾ ਕੇ ਫੋਨ ਕਰਕੇ ਅਸੀਂ ਰੇਲਵੇ ਸਟੇਸ਼ਨ 'ਚ ਰੇਲਵੇ ਵਾਲੀ ਚੌਂਕੀ 'ਚ ਅਸੀਂ ਰਿਪੋਰਟ ਕੀਤੀ। ਰਿਪੋਰਟ ਕਰਕੇ ਅਸੀਂ ਉੱਥੋਂ ਵਾਪਸ ਆ ਰਹੇ ਸੀ ਤਾਂ ਸਾਡਾ ਬੇਟਾ ਨਾਲ ਸੀ, ਮੇਰੇ ਬੇਟੇ ਨੇ ਉਹ ਪਛਾਣ ਲਏ ਜੀ। ਜਦੋਂ ਪਛਾਣੇ ਜੀ ਉੱਥੇ ਬਹੁਤ ਘੱਟ ਸੀਗਾ, ਸਾਰੇ ਜਣੇ ਨੇ ਫੜ ਲਿਆ ਉਹਨਾਂ ਨੂੰ, ਨਾਲ ਤਾਂ ਥੋੜ੍ਹੀ ਕੁੱਟਮਾਰ ਕੀਤੀ। ਫਿਰ ਰੇਲਵੇ ਚੌਂਕੀ 'ਤੇ ਤਾਂ ਜੀ ਉਹਨਾਂ ਨੇ ਕੁੱਟਮਾਰ ਕੀਤੀ, ਅਤੇ ਆਹ ਮੇਰੇ ਬੱਚੇ ਦੇ ਕੇਸ ਕੱਟੇ ਹੋਏ ਆ ਜੀ, ਆਹ ਬੱਚੇ ਦੀ ਟੀ ਸ਼ਰਟ ਫੜੀ। ਬਸ ਸਾਨੂੰ ਇਨਸਾਫ਼ ਚਾਹੀਦਾ ਜੀ ਕੱਟੇ ਹੋਏ ਕੇਸਾਂ ਦਾ। ਮੇਰਾ ਬੱਚਾ ਜੀ 13 ਸਾਲਾਂ ਦਾ ਮੁੰਡਾ ਜੀ, ਮੇਰਾ ਬਾਜ਼ਾਰ 'ਚ ਗਿਆ ਸੀ ਆਪਦੀ ਮੰਮੀ ਤੋਂ ਪੈਸੇ ਲੈ ਗਈ ਸ਼ਰਟ ਲੈਣ ਖਾਤਰ ਜੀ। ਮੇਰਾ ਵੱਡਾ ਬੇਟਾ ਲੱਗਿਆ ਵਾ ਬਾਜ਼ਾਰ 'ਚ ਦੁਕਾਨ 'ਤੇ, ਮੇਰੇ ਵੱਡੇ ਬੇਟੇ ਕੋਲੋਂ ਸ਼ਰਟ ਲੈ ਕੇ ਆ ਰਿਹਾ ਸੀਗਾ ਜੀ। ਸੇਖੇ ਫਾਟਕਾਂ ਲੰਘ ਰਿਹਾ ਜੀ, ਫਾਟਕ ਸੀਗੇ ਬੰਦ ਜੀ, ਰੇਲ ਆ ਗਈ ਸੀਗੀ, ਇਹ ਫਾਟਕਾਂ ਦੇ ਸਟੇਸ਼ਨ ਕੰਨੀ ਨੂੰ ਹੋ ਗਿਆ ਜੀ। ਉੱਥੇ 4-5 ਮੁੰਡੇ ਬੈਠੇ ਸੀਗੇ, ਉਹ ਮੁੰਡੇ ਹੈਗੇ ਹੰਡਾਏ ਦੇ ਜੀ, ਅਤੇ ਉਹ ਚਿੱਟਾ ਚੁੱਟਾ ਪੀ ਜਾਂਦੇ ਸੀਗੇ ਜੀ, ਬੈਠੇ ਪੰਨੀ ਨਾਲ ਜਿਵੇਂ ਬੱਚੇ ਨੇ ਦੱਸਿਆ ਜੀ। ਅਤੇ ਮੈਂ ਤਾਂ ਘਰੇ ਨਹੀਂ ਸੀਗਾ, ਮੈਂ ਗਿਆ ਵਾ ਸੀ, ਮੈਨੂੰ ਫੋਨ ਗਿਆ ਜੀ ਬਾਅਦ 'ਚੋਂ
ਮੁੜ ਕੇ ਜੀ ਚਲੋ ਬੱਚਾ ਘਰ ਪਹੁੰਚਿਆ ਜੀ, ਜਾ ਕੇ ਇਹਨੇ ਦੱਸਿਆ ਸੀ ਉੱਥੋਂ ਆ ਗਏ ਜੀ ਇਕੱਠੇ ਹੋ ਕੇ ਚਾਰ ਪੰਜ ਜਣੇ ਆ ਕੇ ਉਹ ਮੁੰਡੇ ਸੀ ਲੱਭੇ ਜੀ, ਸਾਨੂੰ ਲੱਭਣੇ ਸੀ ਮੁੜ ਕੇ ਚੌਂਕੀ 'ਚ ਰਿਪੋਰਟ ਦੇਣ ਵਗ ਗਏ ਜੀ। ਰਿਪੋਰਟ ਦੇਣ ਗਏ ਜਦੋਂ ਉੱਥੋਂ ਚੌਂਕੀ ਕੋਲ ਲੰਘੀ ਜਾਂਦੇ ਸੀਗੇ ਜੀ ਉਹ ਬੰਦੇ, ਮੁੜ ਕੇ ਮੈਂ ਮੇਰੇ ਬੇਟੇ ਨੂੰ ਹਾਕ ਮਾਰੀ, ਮੈਂ ਪੁੱਤ ਦੇਖ ਇਹੀ ਬੰਦੇ ਆਏ, ਇਹਨੇ ਪਛਾਣ ਲਏ ਹਾਂਜੀ ਡੈਡੀ ਇਹੀ ਆ। ਮੁੜ ਕੇ ਉਹ ਫੜ ਕੇ ਹੀ ਅਸੀਂ ਉੱਥੇ ਸਾਡੇ ਨਾਲ ਹੋਰ ਸੀਗੇ ਮੁੰਡੇ, ਉਹਨਾਂ ਦੀ ਕੁੱਟਮਾਰ ਵੀ ਹੋਈ ਆ ਜੀ। ਮੁੜ ਕੇ ਹੀ ਚੌਂਕੀ 'ਚ ਦੇ ਦਿੱਤੇ ਜੀ ਉਹ ਰਿਪੋਰਟ ਕਰਤੀ ਸੀ, ਉਹਨਾਂ ਦੇ ਤਿੰਨ ਮੁੰਡੇ ਫੜ ਲਏ, ਦੋ ਫਰਾਰ ਆ ਜੀ। ਇਹ ਐਂ ਨਹੀਂ ਵੀ ਇਕੱਲੀ ਮੇਰੇ ਬੱਚੇ ਨਾਲ ਵਾਰਦਾਤ ਹੋਈ ਆ, ਇਹ ਬਹੁਤ ਵਾਰਦਾਤਾਂ ਹੁੰਦੀਆਂ ਜੀ, ਕੇਸਾਂ ਦੀ ਬੇਅਦਬੀ ਕਰੀ ਆ ਜੀ ਮੇਰੇ ਬੱਚੇ ਦੀ, ਮੈਨੂੰ ਇਨਸਾਫ ਮਿਲਣਾ ਚਾਹੀਦਾ ਜੀ। ਅੱਜ ਸਵੇਰੇ ਸਾਨੂੰ ਇੱਕ ਸਿਟੀ ਥਾਣੇ 'ਚ ਰੁੱਕਾ ਮਸ਼ਹੂਲ ਹੋਇਆ ਸੀਗਾ, ਅਤੇ ਰਾਤ ਕਰੀਬ 10 ਵਜੇ ਦੇ ਆਸ ਪਾਸ ਸੇਖਾ ਫਾਟਕ ਨਿਊ ਪਲੇਟਫਾਰਮ 'ਤੇ ਇੱਕ ਉੱਥੇ ਕੋਈ ਲੜਾਈ ਹੋਈ ਆ ਜਿਹਦੇ 'ਚ ਇੱਕ ਬੱਚੇ ਦੇ ਸੱਟ ਵੱਜੀ ਆ, ਅਤੇ ਰੁੱਕਾ ਸਾਨੂੰ ਅੱਜ ਮਸ਼ਹੂਲ ਹੋਇਆ ਸੀ, ਅਤੇ ਉਹਦੇ ਕਾਰਵਾਈ ਕਰਨ ਲਈ ਸਾਡੇ ਏ ਐੱਸ ਆਈ ਹਰਕੇਸ਼ ਸਿੰਘ ਜੀ, ਅਤੇ ਉਹਦੇ ਬਿਆਨ ਵਗੈਰਾ ਲੈ ਕੇ ਜਿਹੜੀ ਬਣਦੀ ਕਾਰਵਾਈ ਆ ਉਹ ਅਮਲ 'ਚ ਲਿਆਉਂਦੀ ਜਾ ਰਹੀ ਆ।